हरमंदर संधु जिहड़े तुहाडे मामा जी दे लड़के सी, उन्हां दा जदों कतल होया की होया सी, किवें कतल होया, तुसीं नाल सी, की होया सी उस दिन? पहला इशनान करन वड़न लगे तो फिर मुड़ आया, चल पहला गल सुन लैने उहदी। उहदी साइड तों मारी ना गोली, हरमिंदर संधु दे सामने दी गोली किसे दी मारन दी जरूरत नहीं हैगी। बहुत पुलिस आ गई, डीसी साहब आ गए, अमृतसर जिले के डीसी जिहड़े, वो मैं अखी हथ रोंदे देखिया, इहो जिहा हीरा बंदा जिहड़ा इन्हां मारता, इहो जिहा बंदा नहीं मिलना, इन्ना पढ़िया लिखिया, बहुत उन्होंने मन भावुक होया। उस वेले फिर फटाफट उन्होंने चुके असी लै गए हाँ सरकारी हॉस्पिटल जिहड़ा है। यही कहा गया ना कि जो हरमंदर साहब चो लोग पड़े गए, उन्होंने आइडेंटिफाई करने वाले च एक परदे पिछे बंदा खड़ा, इस तरह दल्लां चलदियां ने। हाँ जी, हरमंदर संधु का नाम आता कि जो मिले हुए सी अंदरों, जिवें हुण भी चलता वह एजेंसियों का, ये एजेंसियों का कही जाते कि नहीं इदा नहीं उदा है, पर मैं इस चीज़ को नहीं मानता। मैं क्योंकि एक बार हरमिंदर संधु ने मैनू कहा कि गुरमीत मैं 20 साल का हाँ, जदों प्रकाश सिंह बादल साहब की वर्किंग कमेटी के मैं बैठा हाँ, तो मैं उत्थे कोई गल की, तो बादल ने मैनू कहा, मेरे अख भर के वेख्या एकदम कि बंदा एडा तेज है, तो वो कहता भी उन्हें उदों तो मैं ये जाच लिया भी बंदा जोड़ा खराब करी मैं कितना ना कितना। मेरे हिसाब नाल तो हरमिंदर संधु का बहुत वधिया जीवन सी, जिहड़ी गल ते स्टैंड लै लिया उस स्टैंड ते पूरा खड़दे सी। ਅਤੇ ਜਿਹੜਾ ਵੀ ਕੋਈ ਇਨਸਾਨ, ਕੋਈ ਵੀ ਐਨੀਵਨ, ਕੋਈ ਬੰਦਾ ਉਹਨਾਂ ਕੋਲ 10 ਮਿੰਟ ਬਹਿ ਜਾਂਦਾ ਸੀ ਨਾ, ਉਹਨਾਂ ਦੀ ਆਕਰਸ਼ਕ ਸ਼ਕਤੀ ਇੰਨੀ ਸੀ ਵੀ ਉਹ ਬੰਦਾ ਉਹਦਾ ਬਣ ਜਾਂਦਾ ਸੀ। ਹਰਮਿੰਦਰ ਸੰਧੂ ਜਿਹੜੇ ਤੁਹਾਡੇ ਮਾਮਾ ਜੀ ਦੇ ਲੜਕੇ ਸੀ, ਹਾਂਜੀ, ਉਹਨਾਂ ਦਾ ਜਦੋਂ ਕਤਲ ਹੋਇਆ, ਹਾਂਜੀ, ਉਦੋਂ ਮੰਨਿਆ ਜਾਂਦਾ ਤੁਸੀਂ ਨਾਲ ਸੀ। ਉਹਨਾਂ ਬਾਰੇ ਦੋ ਤਰ੍ਹਾਂ ਦੀ ਰਾਏ ਆ, ਕੁਝ ਲੋਕ ਕਹਿੰਦੇ ਸੀ ਏਜੰਸੀਆਂ ਦਾ ਬੰਦਾ, ਕੁਝ ਲੋਕ ਕਹਿੰਦੇ ਸੀ ਇਹਦੇ ਵਰਗਾ ਜ਼ਹੀਨ ਨਹੀਂ ਹੈ ਕੋਈ, ਖਾਲਸਾ ਪੰਚਾਇਤ ਦਾ ਕਨਸੈਪਟ ਲੈ ਕੇ ਆਏ ਸੀ, ਐਲਾਨ ਹੋਣਾ ਸੀਗਾ। ਕੀ ਹੋਇਆ ਸੀ, ਕਿਵੇਂ ਕਤਲ ਹੋਇਆ, ਤੁਸੀਂ ਨਾਲ ਸੀ, ਕੀ ਹੋਇਆ ਸੀ ਉਸ ਦਿਨ, ਕਿਵੇਂ ਹੋਇਆ, ਜਾਂ ਹਰਮਿੰਦਰ ਸੰਧੂ ਕਿਹੋ ਜਿਹੇ ਬੰਦੇ ਸੀ? ਮੇਰੇ ਹਿਸਾਬ ਨਾਲ ਤਾਂ ਹਰਮਿੰਦਰ ਸੰਧੂ ਦਾ ਬਹੁਤ ਵਧੀਆ ਜੀਵਨ ਸੀ, ਜਿਹੜੀ ਗੱਲ 'ਤੇ ਸਟੈਂਡ ਲੈ ਲਿਆ ਉਸ ਸਟੈਂਡ 'ਤੇ ਪੂਰਾ ਖੜਦੇ ਸੀ। ਅਤੇ ਜਿਹੜਾ ਵੀ ਕੋਈ ਇਨਸਾਨ, ਕੋਈ ਵੀ ਐਨੀਵਨ, ਕੋਈ ਬੰਦਾ ਉਹਨਾਂ ਕੋਲ 10 ਮਿੰਟ ਬਹਿ ਜਾਂਦਾ ਸੀ ਨਾ, ਉਹਨਾਂ ਦੀ ਆਕਰਸ਼ਕ ਸ਼ਕਤੀ ਇੰਨੀ ਸੀ ਵੀ ਉਹ ਬੰਦਾ ਉਹਦਾ ਬਣ ਜਾਂਦਾ ਸੀ। ਇੰਨਾ ਪੜ੍ਹਿਆ ਲਿਖਿਆ ਲਾਇਕ ਬੰਦਾ ਮੈਂ ਤਾਂ ਜ਼ਿੰਦਗੀ 'ਚ ਨਹੀਂ ਵੇਖਿਆ। ਬਹੁਤ ਮਤਲਬ ਦਿਮਾਗੀ ਸੀ, ਆਲ ਵਰਲਡ ਦੀ ਕਿਸੇ ਦੇਸ਼ ਦੀ ਕੋਈ ਗੱਲ ਪੁੱਛ ਲਓ ਵੀ ਫਲਾਣੇ ਦੇਸ਼ 'ਚ ਕੀ ਹੋ ਰਿਹਾ, ਫਟ ਦੱਸ ਸਕਦੇ, ਦੱਸ ਦਿੰਦੇ ਵੀ ਉੱਥੇ ਫਲਾਣੇ ਦੀ ਸਰਕਾਰ ਆ ਅਤੇ ਉੱਥੇ ਆਹ ਕੁਛ ਹੋ ਰਿਹਾ, ਆਹ ਇੱਦਾਂ ਹੋ ਰਿਹਾ, ਇੱਦਾਂ ਹੋ ਰਿਹਾ, ਸਾਰਾ ਮਤਲਬ ਮਿੰਟੋ ਮਿੰਟੀ ਇੰਗਲਿਸ਼ 'ਚ ਬਹੁਤ ਉਹਨਾਂ ਦੀ ਹਾਈ ਸੀ। ਅਤੇ ਹਰ ਬੰਦੇ ਦਾ ਸਤਿਕਾਰ ਕਰਦੇ ਸੀ, ਕੁਰਬਾਨੀ ਵਾਲੇ ਦਾ ਜਾਂ ਕੋਈ ਬੰਦਾ ਮਿਹਨਤ ਵਾਲਾ ਬੰਦਾ ਉਹਦਾ ਸਤਿਕਾਰ ਕਰਦੇ, ਉਹਦੇ ਨਾਲ ਪਿਆਰ ਕਰਦੇ। ਜਿੰਨਾ ਵੀ ਮੈਂ ਦੇਖਿਆ ਵੀ ਜੇ ਜਿੰਨੇ ਉਹਨਾਂ ਦੇ ਸੱਜਣ ਦੋਸਤ ਜਿੰਨੇ ਵੀ, ਅਤੇ ਜੇ ਉਹ ਰੋਟੀ ਖਾ ਰਿਹਾ ਤਾਂ ਪਹਿਲਾਂ ਬੁਰਕੀ ਉਹਦੇ ਮੂੰਹ 'ਚ ਪਿਆਰ ਨਾ ਪਾਉਣੀ, ਲੈ ਤੂੰ ਮਤਲਬ ਪਿਆਰ ਹੀ ਇੰਨਾ ਕਰਦੇ ਸੀ, ਅਗਲੇ ਦੇ ਇੱਕ ਬੁਰਕੀ ਮੂੰਹ 'ਚ ਪਾ ਤੀ ਅਤੇ ਅਗਲਾ ਵੇਖਦਾ ਵੀ ਯਾਰ ਇਹ ਐਡਾ ਵਧੀਆ ਇਨਸਾਨ ਹੈ, ਘਰ ਆਏ ਨੂੰ ਪਹਿਲਾਂ ਪਾਣੀ ਚਾਹ ਪਹਿਲਾਂ। ਫਿਰ ਅਜਿਹਾ ਕੀ ਹੋਇਆ ਕਿ ਇੰਨਾ ਸ਼ੱਕ 'ਚ ਹੀ ਮਾਰੇ ਗਏ, ਔਰ ਕੀ ਨਹੀਂ ਮਰਵਾਏ? ਨਹੀਂ, ਇਹ ਜੇਲ੍ਹ ਦੇ ਵਿੱਚ ਹੀ ਇਹਨਾਂ ਦਾ ਗਰੁੱਪ ਬੰਦੀ ਹੋ ਗਈ, ਇੱਕ ਭਾਈ ਮਨਜੀਤ ਸਿੰਘ ਗਰੁੱਪ ਸੀ ਅਤੇ ਇੱਕ ਹਰਮਿੰਦਰ ਸੰਧੂ ਗਰੁੱਪ ਬਣ ਗਿਆ, ਜਿਹਦੇ ਵਿੱਚ ਜਿਵੇਂ ਸੰਧੂ ਨਾਲ ਰਜਿੰਦਰ ਸਿੰਘ ਮਹਿਤਾ, ਅਮਰਜੀਤ ਸਿੰਘ ਚਾਵਲਾ, ਵਿਰਸਾ ਸਿੰਘ ਉਲਟੋਆ, ਇਹ 3-4 ਬੰਦੇ ਅਟੈਚ ਇਹਦੇ ਨਾਲ ਸੀ। ਅਨੋਕ ਸਿੰਘ ਉਬੋਕੇ ਸੀ, ਉੱਧਰ ਭਾਈ ਮਨਜੀਤ ਦੇ ਵੱਖਰੇ ਸੀ ਆਪਣੇ ਬੰਦੇ, ਉਹਨਾਂ ਨੇ ਆਪਣਾ ਗਰੁੱਪ ਬੰਦੀ ਚੱਲ, ਇਹਦੇ 'ਚ ਇੱਕ ਸੁੱਖਾ ਸਿਪਾਹੀ ਸੀ ਅਤੇ ਇੱਕ ਅਨੋਕ ਸਿੰਘ ਉਬੋਕੇ ਸੀ। ਉਹਨਾਂ ਦੋਵਾਂ ਦਾ ਪਹਿਲਾਂ ਇੱਕ ਇਕੱਠੇ ਪਿਆਰ ਸੀ, ਉਹ ਇਹਨਾਂ ਦੀ ਗਰੁੱਪ ਬੰਦੀ ਦੇ ਵਿੱਚ ਉਹਨੂੰ ਪਾਤ ਧਾੜ ਕਰ ਲਿਆ, ਉਹਨਾਂ ਮਨਜੀਤ ਹੋਣਾ ਵੱਖਰਾ, ਉਹ ਮੁੜ ਕੇ ਉਸ ਬੰਦੇ ਨੇ ਫੈਸਲਾ ਲੈ ਲਿਆ ਵੀ ਮੈਂ ਹਰਮਿੰਦਰ ਸੰਧੂ ਨੂੰ ਨਹੀਂ ਛੱਡਣਾ। ਪਤਾ ਨਹੀਂ ਉਹ ਕੀ ਉਹਦੇ ਕੰਨ ਭਰਦੇ ਰਹੇ ਨੇ ਜਾਂ ਕਿੱਦਾਂ, ਉਹ ਗਰੁੱਪ ਬੰਦੀ 'ਚ ਇਹ ਸਾਰਾ ਕੁਛ ਨੁਕਸਾਨ ਹੋਇਆ। ਮੇਰੇ ਹਿਸਾਬ ਨਾਲ ਤਾਂ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਵੀ ਜਿਹੜੀ ਹਰਮਿੰਦਰ ਸੰਧੂ ਦੀ ਕੋਈ। ਕੀ ਹੋਇਆ ਸੀ ਉਸ ਦਿਨ, ਤੁਸੀਂ ਤਾਂ ਮੌਕੇ 'ਤੇ ਸੀ, ਕੀ ਹੋਇਆ ਸੀ ਚਸ਼ਮਦੀਦ ਹੋ ਤੁਸੀਂ ਉਸ ਘਟਨਾ ਦੇ? ਹਾਂਜੀ, ਮੈਂ ਮੌਕੇ 'ਤੇ ਰਾਤ 23 ਤਰੀਕ ਦੀ ਗੱਲ ਹੈ, ਜਦੋਂ ਖਾਲਸਾ ਪੰਚਾਇਤਾਂ 24 ਤਰੀਕ ਨੂੰ ਮਤਲਬ ਉਹਨਾਂ ਦੀ ਹੁੰਦੀ ਹੈ ਡੈਥ, 23 ਤਰੀਕ ਨੂੰ ਰਾਤ ਖਾਲਸਾ ਪੰਚਾਇਤਾਂ ਦਾ ਖਰੜਾ ਇੱਕ ਚੈੱਕ ਕਰਦੇ ਰਹੇ ਨੇ, ਉਹ ਇਹ ਆਉਂਦੇ ਵੀ 26 ਜਨਵਰੀ ਨੂੰ ਅਸੀਂ ਖਾਲਸਾ ਪੰਚਾਇਤਾਂ ਦਾ ਐਲਾਨ ਕਰਨਾ। ਯਾਨੀ ਹਰ ਪਿੰਡ 'ਚ ਖਾਲਸਾ ਪੰਚਾਇਤ? ਹਾਂਜੀ, ਹਰ ਪਿੰਡ 'ਚ ਖਾਲਸਾ ਪੰਚਾਇਤ। ਅਤੇ ਜਿਹੜੀ ਇਹੋ ਜਿਹਾ ਸਿਸਟਮ ਸੀ ਵੀ ਉਹ
ਜਿਵੇਂ ਖਾਲਸਾ ਪੰਚਾਇਤ ਜਿਹੜਾ ਗੁਰਦੁਆਰੇ ਦਾ ਗ੍ਰੰਥੀ ਹੈ ਨਾ, ਉਹਦੀ ਸਾਰੀ ਜ਼ਿੰਮੇਵਾਰੀ ਉਹ ਚੁੱਕੂਗੀ, ਉਹਦਾ ਰਾਸ਼ਨ ਪਾਣੀ, ਉਹਦੀ ਰਹਿਸ਼, ਉਹਦਾ ਮਤਲਬ ਵਧੀਆ ਉਹਦਾ ਸਤਿਕਾਰ ਹੋਵੇ ਜਿਹੜਾ ਗੁਰਦੁਆਰਿਆਂ 'ਚ, ਅਤੇ ਫੈਸਲੇ ਵੀ ਜਿਹੜੇ ਆ ਉਹ ਖਾਲਸੇ ਰੀਤੀ ਰਿਵਾਜ਼ਾਂ ਅਨੁਸਾਰ ਹੋਣਗੇ। ਇਹੋ ਜਿਹਾ ਸਿਸਟਮ ਉਹਨਾਂ ਨੇ ਬਣਾਇਆ ਸੀ ਵੀ ਜਿਹੜਾ ਹਰ ਪਿੰਡ ਦੇ ਵਿੱਚ ਮਤਲਬ ਉਹ ਚੀਜ਼ ਨੂੰ ਉਹਨਾਂ ਨੇ ਬੜੀ ਡੂੰਘੀ ਸੋਚ ਲੈ ਕੇ ਇੱਧਰ ਨੂੰ ਸ਼ੁਰੂਆਤ ਜਿਹੜੀ ਕਰ ਰਹੇ ਸੀ। ਪਰ ਮੈਂ ਸੋਚਦਾ ਵੀ ਵਿਰੋਧੀ ਇਹ ਨਹੀਂ ਚਾਹੁੰਦੇ ਵੀ ਇਹ ਬੰਦਾ ਜਿਹੜਾ ਇਹ ਇੰਨਾ ਪ੍ਰਫੁੱਲਤ ਹੋ ਜੇ ਵੀ ਇਹ, ਜਿੱਥੋਂ ਤੱਕ ਮੈਨੂੰ ਲੱਗਦਾ ਵੀ ਸਿਆਸੀ ਲੀਡਰ ਵੀ ਨਹੀਂ ਚਾਹੁੰਦੇ। ਕਿਉਂਕਿ ਇੱਕ ਵਾਰੀ ਹਰਮਿੰਦਰ ਸੰਧੂ ਨੇ ਮੈਨੂੰ ਕਿਹਾ ਸੀ ਵੀ ਗੁਰਮੀਤ, ਮੈਂ 20 ਸਾਲਾਂ ਦਾ ਹਾਂ, ਜਦੋਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਵਰਕਿੰਗ ਕਮੇਟੀ ਦੇ ਵਿੱਚ ਮੈਂ ਬੈਠਾ ਹਾਂ ਅਤੇ ਮੈਂ ਉੱਥੇ ਕੋਈ ਗੱਲ ਕੀਤੀ ਸੀ ਅਤੇ ਬਾਦਲ ਨੇ ਮੈਨੂੰ ਕਿਹਾ, ਮੇਰੇ ਅੱਖ ਭਰ ਕੇ ਵੇਖਿਆ ਇੱਕਦਮ ਵੀ ਬੰਦਾ ਐਡਾ ਤੇਜ਼ ਆ। ਅਤੇ ਉਹ ਕਹਿੰਦਾ ਵੀ ਉਹਨੇ ਉਦੋਂ ਤੋਂ ਮੈਨੂੰ ਇਹ ਜਾਂਚ ਲਿਆ ਸੀ ਵੀ ਇਹ ਬੰਦਾ ਜਿਹੜਾ ਇਹ ਖਰਾਬ ਕਰੂ ਮੈਨੂੰ ਕਿਤੇ ਨਾ ਕਿਤੇ। ਅਤੇ ਮੈਂ ਸੋਚਦਾ ਵੀ ਇਹ ਸਿਆਸੀ ਪੱਖ ਵੀ ਹੋ ਸਕਦਾ ਕਿਤੇ ਨਾ ਕਿਤੇ। ਕੀ ਉਦਣ ਹੋਇਆ ਕੀ ਸੀਗਾ? ਅਤੇ ਬਸ 23 ਤਰੀਕ ਨੂੰ ਸ਼ਾਮ ਨੂੰ 12 ਵਜੇ ਤੱਕ ਮੈਂ ਵੀ ਜਾਗਦਾ ਸੀ, ਉਦੋਂ ਫਾਈਨਲ ਕਰਕੇ ਖਰੜਾ ਅਤੇ ਫਿਰ ਸੁੱਤੇ ਨੇ ਅਤੇ ਮੈਨੂੰ ਕਹਿੰਦੇ ਵੀ ਗੁਰਮੀਤ ਮੈਨੂੰ 4 ਵਜੇ ਉਠਾ ਦੀ ਤੜਕੇ। ਮੈਂ ਕਿਹਾ ਠੀਕ ਹੈ ਵੀਰ ਜੀ, ਮੈਂ ਉਠਾ ਦੂੰਗਾ। ਅਤੇ 4 ਵਜੇ ਮੈਂ ਜਦੋਂ ਚੱਲਿਆ ਤਾਂ ਮੇਰੇ ਮਾਮੀ ਜੀ ਆਏ ਅਤੇ ਮੈਨੂੰ ਕਹਿੰਦੇ ਵੀ ਕਾਕਾ ਜੀ ਤਾਂ 2 ਘੰਟੇ ਉਹਨੂੰ ਸੁੱਤੇ ਨੂੰ ਹੋਏ ਆ, ਅਤੇ ਮੈਂ ਕਿਹਾ ਮੈਨੂੰ ਵੀਰ ਜੀ ਨੇ ਕਿਹਾ ਵੀ ਤੂੰ 4 ਵਜੇ ਮੈਨੂੰ ਉਠਾ ਦੇਣਾ। ਅਤੇ ਕਹਿੰਦੀ ਨਹੀਂ ਕੋਈ ਨਹੀਂ, ਹੋਰ ਸੌਂ ਲੈਣ ਦੇ ਘੜੀ। ਮੈਂ ਫਿਰ 5 ਵਜੇ 5 ਵੱਜ ਗਏ ਅਤੇ ਮੈਂ ਜਦੋਂ ਮੈਂ ਉੱਪਰ ਤਾਂ ਉੱਪਰ ਸੁੱਤੇ ਸੀ, ਉੱਪਰਲੇ ਕੋਠੀ ਦੇ ਉੱਪਰਲੀ ਮੰਜ਼ਿਲ 'ਚ ਸੁੱਤੇ ਸੀ ਅਤੇ ਮੈਂ ਪੌੜੀਆਂ ਚੜ੍ਹਨ ਲੱਗਾ ਅਤੇ ਅੱਗੋਂ ਉੱਤਰਦੇ ਆਉਣ ਇਸ਼ਾਰਾ ਪਰਨਾ ਉਹਨਾਂ ਤੌਲੀਆ ਫੜਿਆ ਸੀ ਅਤੇ ਮੈਨੂੰ ਕਹਿੰਦੇ ਗੁਰਮੀਤ ਤੂੰ ਉਠਾਇਆ ਨਹੀਂ ਗਿਆ। ਅਤੇ ਮੈਂ ਕਿਹਾ ਮੈਨੂੰ ਮਾਮੀ ਜੀ ਨੇ ਡੱਕਤਾ ਇੱਦਾਂ ਕਰਕੇ। ਅਤੇ ਮੈਂ ਉਹਨਾਂ ਨੂੰ ਆਖਿਆ, ਮੈਂ ਕਿਹਾ ਇੱਕ ਬੰਦਾ ਮਿਲਣ ਆਇਆ ਤੁਹਾਨੂੰ, ਅਤੇ ਉਹ ਕਹਿੰਦੇ ਮੈਨੂੰ ਕਹਿੰਦੇ ਵੀ ਤੂੰ ਇੱਦਾਂ ਕਰ ਡਰਾਇੰਗ ਰੂਮ 'ਚ ਬਿਠਾ ਦੇ। ਮੈਂ ਡਰਾਇੰਗ ਰੂਮ 'ਚ ਬਿਠਾ ਦਿੱਤਾ ਅਤੇ ਮੈਨੂੰ ਕਹਿੰਦੇ ਵੀ ਮੈਂ ਇਸ਼ਨਾਨ ਕਰ ਲਾਂ। ਅਤੇ ਇਸ਼ਨਾਨ ਕਰਨ ਲੱਗੇ ਅਤੇ ਮੈਨੂੰ ਕਹਿੰਦੇ ਵੀ ਇੱਦਾਂ ਕਰ, ਉਹਨੂੰ ਇਹ ਸਾਈਡ ਵਾਲੇ ਰੂਮ 'ਚ ਲੈ ਆ ਅਤੇ ਉੱਥੇ ਬਿਠਾ ਦੇ। ਅਤੇ ਮੈਂ ਉਹਨਾਂ ਨੂੰ ਬੁਲਾ ਲਿਆ, ਮੈਂ ਕਿਹਾ ਇੱਧਰ ਆ ਜਾਓ। ਅੱਛਾ, ਉਹ ਬਾਥਰੂਮ 'ਚ ਜਦੋਂ ਵੜਨ ਲੱਗੇ ਅਤੇ ਮੈਨੂੰ ਕਹਿੰਦੇ ਵੀ ਗੁਰਮੀਤ ਪਹਿਲਾਂ ਮੈਂ ਪਹਿਲਾਂ ਇਸ਼ਨਾਨ ਕਰਨ ਵੜਨ ਲੱਗੇ ਅਤੇ ਫਿਰ ਮੁੜ ਆਇਆ, ਕਹਿੰਦੇ ਚੱਲ ਪਹਿਲਾਂ ਗੱਲ ਸੁਣ ਲੈਂਦੇ ਉਹਦੀ। ਅੱਛਾ, ਗੱਲ ਸੁਣ ਲੱਗੇ ਅਤੇ ਇੱਦਾਂ ਬੈਠੇ ਸੀ ਅਤੇ ਮੁੜ ਕੇ ਨਾ ਇੱਕ ਫੋਨ ਖੜਕਿਆ ਡਰਾਇੰਗ ਰੂਮ 'ਚੋਂ। ਉਹ ਡਰਾਇੰਗ ਉਹਦੀ ਤਾਰ ਕਾਫੀ ਲੰਮੀ ਕੀਤੀ ਸੀ ਅਤੇ ਮੈਂ ਫੋਨ ਚੁੱਕ ਕੇ ਅਤੇ ਲਾਇਆ। ਮੈਂ ਕਿਹਾ, ਮੈਨੂੰ ਪੁੱਛਿਆ ਕੌਣ ਬੋਲਦੇ ਆ? ਤਾਂ ਮੈਂ ਲਾਲੀ ਬੋਲਦਾ, ਕੋਈ ਬਾਹਰਲੇ ਦੇਸ਼ੋਂ ਬੋਲਦਾ, ਅਤੇ ਸੰਧੂ ਸਾਹਿਬ ਨਾਲ ਮੇਰੀ ਗੱਲ ਕਰਾ ਦਿਓ। ਮੈਂ ਫੋਨ ਫੜਾਇਆ, ਮੈਂ ਵੀਰ ਜੀ ਇੱਦਾਂ ਲਾਲੀ ਲਾਲੀ ਹੈ ਕੋਈ, ਇਹਦਾ ਮੈਂ ਬੋਲਣ ਡਿਆ ਅਤੇ ਗੱਲ ਕਰ ਲਿਓ। ਉਹ ਇਸ ਤਰ੍ਹਾਂ ਗੱਲ ਕਰਨ ਲੱਗ ਪਏ ਨੇ ਅਤੇ ਉਹਨੇ ਚਿਰ ਇੱਕ ਉਹਨਾਂ ਦੇ ਸਾਹਮਣੇ ਗੱਲ ਕਰ ਰਿਹਾ ਸੀ ਬੰਦਾ, ਪੈਂਟ ਕੋਟ ਪਾਈ ਸੀ, ਇੱਕ ਸਾਈਡ 'ਤੇ ਆਣ ਕੇ ਬੁੱਕਲ ਮਾਰ ਕੇ ਬੰਦਾ ਬੈਠਾ ਹੈ। ਉਹਨੂੰ ਨਹੀਂ ਮੈਂ ਪਹਿਲਾਂ ਵੇਖਿਆ, ਮੈਂ ਕੀਤਾ ਵੀ ਜਿਹੜੀ ਬਾਹਰਲੀ ਕੁੰਡੀ ਖੁੱਲ੍ਹਦੀ ਹੈ ਨਾ, ਉਹ ਮੈਂ ਕੁੰਡੀ ਲਾ ਦਿੱਤੀ, ਬੰਦ ਕਰਤੀ। ਪਹਿਲਾਂ ਉਹ ਦਰਵਾਜ਼ਾ ਖੁੱਲ੍ਹ, ਪਹਿਲਾਂ ਬੰਦ ਸੀ ਉਹ ਕੁੰਡੀ, ਸ਼ਾਇਦ ਮਤਲਬ ਉਹ ਜਿਹੜਾ ਬੰਦਾ ਦੂਜਾ ਆਇਆ ਉਹ ਪਹਿਲਾਂ ਆਇਆ ਬੰਦਾ ਬੈਠਾ ਸੀ ਨਾ ਜਿਹਨੇ ਗੱਲ ਕਰਨੀ ਸੀ, ਉਹਨੇ ਫਿਰ ਕੁੰਡੀ ਖੋਲ੍ਹ ਕੇ ਉਹਨੂੰ ਅੰਦਰ ਲੰਘਾ ਤਾ, ਮੈਂ ਨਹੀਂ ਉਹਨੂੰ ਵੇਖਿਆ। ਉਹ ਬਾਅਦ 'ਚ ਸਾਈਡ 'ਤੇ ਬੈਠਾ ਬੁੱਕਲ ਮਾਰ ਕੇ। ਉਹ ਹੁਣ ਆਮ ਤੌਰ 'ਤੇ ਮੈਨੂੰ ਕਹਿ ਦਿੰਦੇ ਸੀ ਵੀ ਗੁਰਮੀਤ ਤੂੰ ਅਣਜਾਣ ਆ ਅਤੇ ਤੂੰ ਸਾਡੀਆਂ ਗੱਲਾਂ ਘੱਟ ਸੁਣਿਆ ਕਰ ਅਤੇ ਤੂੰ ਸਾਈਡ 'ਤੇ ਰਿਹਾ ਕਰ, ਕਿਉਂਕਿ ਜੇ ਕੱਲ੍ਹ ਨੂੰ ਕੋਈ ਗੱਲ ਹੁੰਦੀ ਤਾਂ ਤੇਰੇ ਕੋਲ ਕੁੱਟ ਨਹੀਂ ਖਾਧੀ ਜਾਣੀ ਅਤੇ ਤੂੰ ਸਾਡਾ ਭੇਜ। ਉਹ ਹੁਣ ਹਰਮਿੰਦਰ ਸੰਧੂ ਆਪ ਵੀ ਖੁਦ ਕਹਿ ਦਿੰਦੇ ਅਤੇ ਕੁਛ ਸੱਜਣ ਮਿੱਤਰ ਵੀ ਕਹਿ ਦਿੰਦੇ ਗੁਰਮੀਤ ਕੋਈ ਨਹੀਂ ਤੂੰ ਸਾਈਡ 'ਤੇ ਚੱਲ ਜਾਏਂ ਗੱਲ। ਉੱਦਣ ਵੀ ਇਸ ਭੁਲੇਖੇ ਜੀ ਰਿਹਾ, ਉਹ ਬੰਦੇ ਨੇ ਮੈਨੂੰ ਕਹਿਤਾ ਵੀ ਅਸੀਂ ਜ਼ਰੂਰੀ ਗੱਲ ਕਰਨੀ ਆ ਅਤੇ ਮੈਂ ਚੱਲ ਗਿਆ। ਜੇ 10 ਕਦਮ ਹੀ ਗਿਆ ਹੋਣਾ ਤਾਂ ਉਸ ਵੇਲੇ ਉਹਨਾਂ ਗੋਲੀਆਂ ਮਾਰਤੀ, ਉਹਨੇ ਸਾਈਡ ਤੋਂ ਮਾਰੀਆਂ ਨਾ ਗੋਲੀਆਂ, ਕਿਉਂਕਿ ਹਰਮਿੰਦਰ ਸੰਧੂ ਦੇ ਸਾਹਮਣੇ ਦੀ ਗੋਲੀ ਕਿਸੇ ਦੀ ਮਾਰਨ ਦੀ ਜ਼ਰੂਰਤ ਨਹੀਂ ਹੈਗੀ। ਉਹ ਏਡੀ ਉਹਦੀ ਉਹਦੇ 'ਚ ਜਿਵੇਂ ਉਹਦਾ ਤੇਜ਼ ਤਪ ਜਿੱਦਾਂ ਕਰ ਲਓ, ਮਤਲਬ ਕਿਸੇ ਦੀ ਜ਼ਰੂਰਤ। ਮੈਂ ਇਸ ਉਹ ਬੰਦੇ ਨੂੰ ਵੇਖਿਆ ਇਨਸਾਨ ਨੂੰ ਵੀ ਉਹਦੇ ਸਾਹਮਣੇ ਕੋਈ ਗੋਲੀ ਨਹੀਂ ਮਾਰ ਸਕਦਾ, ਇਹੋ ਜਿਹਾ ਉਹਦਾ ਹੈਗਾ ਸੀ। ਅਤੇ ਉਹਨੇ ਸਾਈਡ ਤੋਂ ਗੋਲੀ ਮਾਰੀ ਹੈ, ਇੱਦਾਂ ਜਿੱਦਾਂ ਐਂ ਫੋਨ ਸੁਣ ਰਹੇ, ਐਂ ਸੁਣ ਰਹੇ ਸੀ ਜਾਂ ਉੱਧਰ ਐਂ ਸੁਣ ਰਹੇ ਸੀ, ਉਹ ਐਂ ਸਾਈਡ 'ਤੇ ਸੀ ਪਿੱਛੇ, ਅਤੇ ਐਂ ਸੁਣਦੇ ਐਂ ਹੀ ਸਿਰ ਡਿੱਗ ਪਿਆ ਮੁੜ ਕੇ, ਫੋਨ ਇੱਕ ਪਾਸੇ ਡਿੱਗ। ਮੈਂ ਫਿਰ ਰੌਲਾ ਪਾਇਆ ਭੱਜੋ, ਮੈਂ ਕਿਹਾ ਭਾਈ ਵੀਰ ਜੀ ਨੂੰ ਗੋਲੀਆਂ ਮਾਰਤੀ। ਉਹ ਫਿਰ ਇੱਕ ਦੋ ਆਪਣੇ ਫੈਡਰੇਸ਼ਨ ਦੇ ਮੁੰਡੇ ਹੈਗੇ ਸੀ, ਉਹ ਪਾਠ ਕਰ ਰਹੇ ਸੀ, ਖਾਲੀ ਹੱਥ ਸੀ ਸਾਰੇ, ਕੋਈ ਹਥਿਆਰ ਨਹੀਂ ਸੀ ਕੋਠੀ 'ਚ, ਨਾ ਕੋਈ ਅਸੀਂ ਗੇਟ 'ਤੇ ਬਾਹਰ ਬੰਦਾ ਕੋਈ ਹਥਿਆਰ ਬੰਦ ਖਲੋਤਾ ਸੀ। ਉਹ ਫਿਰ ਜਦੋਂ ਅਸੀਂ ਬਾਹਰ ਮਗਰ ਭੱਜੇ ਹਾਂ ਅਤੇ ਉਹਨਾਂ ਨੇ ਸਕੂਟਰ, ਦੋ ਜਣੇ ਸਕੂਟਰ 'ਤੇ ਬੈਠੇ ਸੀ ਅਤੇ ਇੱਕ ਨੇ ਪਿਛਾਂਹ ਨੂੰ ਗੰਨ ਬੀੜ ਕੇ ਪਿਛਾਂਹ ਨੂੰ ਬੈਠਾ ਸੀ, ਪਿਛਾਂਹ ਨੂੰ ਮੂੰਹ ਕਰਕੇ, ਜੇ ਅਸੀਂ ਖਾਲੀ ਹੱਥ ਗਾਂਹ ਮਾਰਦੇ ਤਾਂ ਸਾਨੂੰ ਵੀ ਮਾਰ ਦੇਣਾ ਸੀ ਉਹਨਾਂ। ਪਰ ਉਸੇ 5-7 ਮਿੰਟਾਂ ਦੇ ਵਿੱਚ ਹੀ ਇੱਕਦਮ ਬਹੁਤ ਪੁਲਿਸ ਆ ਗਈ, DC ਸਾਹਿਬ ਆ ਗਏ,
अमृतसर जिले के डीसी जिहड़े वो मैं अखी अथरू रोंदे देखिया दे इहो जिहा हीरा बंदा जिहड़ा इन्हां मारता इहो जिहा बंदा नहीं मिलना इन्हां पढ़िया लिखिया बहुत उन्होंने मन भावुक होया तो उस वेले फिर फटाफट उन्होंने चुक के असी लै गए हैं सरकारी हॉस्पिटल जिहड़ा है खाड़कूवाद सुनीदा है चल रहा है खाड़कूवाद भी जान पता नहीं हुण पहला तो कोई मुखालफत चलती हो मनजीत सिंह ग्रुप जिहड़ा है ये चाहुंदा होगा कि संधू जिहड़ा जे क्योंकि जेल दे विच एक गल चलती सी कि विरसा सिंह अमरजीत सिंह चावला ते मेहता साहब रजिंदर सिंह मेहता जी एक ये नहीं चाहते भी मनजीत सिंह प्रधान मनीए हरमिंदर संधू ये कहता सी कि भाई मनजीत सिंह प्रधान मनो क्यों मनो क्योंकि वह संत करतार सिंह उन्हां दे बेटे ने भाई अमरीक सिंह दे भरा ने इस वेले जिहड़ी दुनिया उन्हां दे नाल जुड़ी है। हाँ तुसीं जदों बाहर जाओगे जदों संगत सुनगियां आपे उन्होंने पता लग जाना भी बंदा केड़ा लाइक है फिर वो समय के हिसाब न जो होगा देखी जाऊ वो इस चीज़ ना चाहते आते भी मनजीत सिंह का सत्कार भी किया जाए तो बाकी समय ने आपे संगत ने पछाण लेना भी बंदा जिहड़ा वह केड़ा लाइक है। हुण हरमिंदर संधु जिन्ना मेरे ना उत्थे जेल दे विच किते गलबात चलनी जे तो किते मेरे ना प्यार ना बह जाना उन्हें गुरमीत तेनों गल दसन डे बना जिदा एक बार CBI ने उन्होंने सद्या एयरपोर्ट ते राजीव गांधी ने गल करन वास्ते इन्होंने सद्या सी हरमिंदर संधू ते भाई मनजीत सिंह चले गए सी ते दसदे आ भी भाई मनजीत सिंह जदों उत्थे नाल CID CBI भी कुछ होगी ना ते आंदे भी जदों उन्होंने सद्या ते पुछदे भी की खाओगे तुसी ते आंदे भी मनजीत सिंह आखे भी मैं संधू वधिया जी चीज़ मंगाई है तो हरमिंदर संधु कहता मनजीत सिंह अही जेड़े 400 बंदा बैठे हैं ना जेल दे विच अही उन्हां नाल वेख के चलना असी लीडरी नहीं करनी जो जेल च बंदे खा रहे हैं ना असी वो चीज़ खावांगे उन्हां ने लालच देना है भी इन्हां नूं स्टैंडर्ड की रोटी खवाओ वधिया होटल च खवाओ फिर इत्थों तक भी आंदे भी सानूं सलूट मरवाउंदे सी भी इन्हां नूं लालच विच किस तरीके नाल ये मन जाण किसे गल तो मनजीत सिंह ने आंदे बड़ा खुश होना तो आंदे भी मैनू एक बार की वो इंग्लिश गल करते ही तो मनजीत सिंह इंग्लिश नहीं आती ये एक्सपर्ट से हरमिंदर संधु इंग्लिश दे विच तो कहते ये तो डुन है डुन मतलब प्रधान मनजीत सिंह प्रधान से जनरल सकत्र से तो इन्हें सगों समझाया होंगे मनजीत सिंह भी जदों भी तुहानू कोई गल कर तो सीधा कहो जी मेरा जनरल सकत्र गल करूगा फिर ये एलीगेशन बार बार क्यों लगा कि एजेंसियां यही कह गया ना कि जो हरमिंदर साहब चो लोग फड़े गए उन्होंने आइडेंटिफाई करने वाले च एक परदे पिछे बंदा खड़ा इस तरह दल्ला चलदियां ने हरमिंदर संधु का नाँ आता कि जो मिले हुए से अंदरों जिमें हूँ भी चलता वह एजेंसियों का जी एजेंसियों का नहीं वेखो मैं वेखो ये बारे क्योंकि मैं ये पहला तो रह रहे तुसी नाल रहे हो मैं तां कहना गा बाद चों भी कोई यही जी गल सी नहीं मेरे ना उन्हें कभी यही नहीं कोई गल की ना मैं कोई ये बारे हाँ मिला विचों अपने बंदे जिहड़े विरोधी बंदे वो जरूर तोहमतां लाउंदे होणगे वो तो कही जांदे कि ये नहीं इदां नहीं उदां है पर मैं इस चीज़ नूं नहीं मानता मैं जो मैं उन्हूं देखिया उस इंसान नूं जिम्मेवारी लई सी किसी ने उदों उदों पंजवड़ कोई परमजीत सिंह पंजवड़ सी जां कवलजीत सिंह सुल्तानवंड वो दो बंदियां दा नाम आ रहा सी अखबारां च कि उन्हां ने जिम्मेवारी लई वो अखबारां मिल जाणियां पिछली तरीक दियां मिल सकदियां ने वो मेरा नाम ही आया बकायदा मेरी फोटो भी शायद होगी क्योंकि मौके पर मैं ही सी